ਸੋਹਣਿਆਂ ਨੂੰ ਹੋਣਾ ਜਿਹੜਾ ਲਾਭ ਦੇਖ ਲੈ ਚੁਣ ਕੇ ਤੂੰ ਲੈ ਕੇ ਤਾਂ ਕਿਸੇ ਗੱਲ ਦਾ ਜ਼ਰੂਰ ਕੋਈ ਨਾ ਹੈਲੋ ਫਰੈਂਡਸ ਮੇਰੇ ਵੱਲੋਂ ਅਤੇ ਮੇਰੀ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ ਅਤੇ ਅੱਜ ਬਹੁਤ ਹੀ ਸੋਹਣਾ ਵਲੋਗ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿਉਂਕਿ ਅੱਜ ਮੈਂ ਜਾ ਰਿਹਾ ਆਸਟਰੀਆ ਟੂ ਇੰਡੀਆ ਅਤੇ ਚਲੋ ਕੋਈ ਨਿੱਜੀ ਪ੍ਰੋਬਲਮ ਸੀਗੀ ਜਿਹਦੇ ਕਰਕੇ ਸਾਨੂੰ ਮੈਨੂੰ ਜ਼ਰੂਰੀ ਜਾਣਾ ਪਿਆ ਅਤੇ ਸਾਰੀ ਵੀਡੀਓ ਤੁਹਾਡੇ ਨਾਲ ਕਰਾਂਗੇ ਸ਼ੇਅਰ ਅਤੇ ਵੇਖਦੇ ਹਾਂ ਕਿੱਦਾਂ ਦਾ ਰਹਿੰਦਾ ਮੇਰਾ ਟੂਰ ਆਸਟਰੀਆ ਟੂ ਇੰਡੀਆ ਅਤੇ ਮਿਲਦੇ ਹਾਂ ਰਸਤੇ ਦੇ ਵਿੱਚ ਬਾਏ ਇੱਥੋਂ ਹੋਣੀ ਆਪਣੀ ਬੋਰਡਿੰਗ ਪਾਸ ਬੋਰਡਿੰਗ ਸਾਡੀ ਹੋ ਗਈ ਆ ਹੁਣ ਚੱਲਦੇ ਹਾਂ 8 ਨੰਬਰ ਗੇਟ ਦੇ ਉੱਤੇ ਰੁਮਾਲ ਵਾਏ ਕਰੋਨਾ ਕਰਕੇ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਇਹਨਾਂ ਨੇ ਅਤੇ ਫਿਰ ਵੀ ਆਪਣੇ ਵੱਲੋਂ ਪੂਰੀ ਸਿੱਖ ਹਾਇਤ ਕਰਕੇ ਨਿਕਲੇ ਹਾਂ ਅਤੇ ਹੁਣ ਆਪਾਂ ਚੱਲਦੇ ਹਾਂ ਪਲੇਨ ਵੱਲ ਨੂੰ ਖਾਣਾ ਖਾ ਲਿੱਤਾ ਜਾਵੇ ਪਲੇਨ 'ਚ ਖਰੇ ਕਿੱਦਾਂ ਦਾ ਮਿਲਣਾ ਕਿੱਦਾਂ ਦਾ ਨਹੀਂ ਆਹੀ ਪਲੇਨ ਆ ਜੀ ਜਿਹਨੇ ਆਪਾਂ ਨੂੰ ਲੈ ਕੇ ਜਾਣਾ ਅਤੇ ਕਰ ਰਹੇ ਤਿਆਰੀ ਬਹੁਤ ਸੋਹਣੀ ਚੀਜ਼ ਬਣੀ ਹੋਈ ਜਿਹੜੀ ਓਏ ਸਮਾਨ ਚੈੱਕ ਹੋਇਆ ਜਿਹੜੇ ਬੋਰਡਿੰਗ ਪਾਸ ਲਏ ਆ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਕਰਦੇ ਹੈਗੇ ਅਤੇ ਬਾਕੀ ਕਹਿੰਦੇ ਆ ਜਿਹੜੀ ਇਮੀਗ੍ਰੇਸ਼ਨ ਹੈ ਉਹ ਤੁਹਾਡੀ ਜਰਮਨ ਹੋਏਗੀ ਕਿਉਂਕਿ ਡੋਮੈਸਟਿਕ ਫਲੈਟ ਹੈ ਇੱਥੋਂ ਡੋਮੈਸਟਿਕ ਫਲੈਟ ਦੇ ਵਿੱਚ ਕਹਿੰਦੇ ਇਮੀਗ੍ਰੇਸ਼ਨ ਨਹੀਂ ਹੁੰਦੀ ਸਮਾਨ ਜਮ੍ਹਾਂ ਕਰ ਲਿਆ ਉਹਨਾਂ ਨੇ ਸਮਾਨ ਜਮ੍ਹਾਂ ਕਰਨ ਤੋਂ ਬਾਅਦ ਫਿਰ ਸਿਕਿਉਰਟੀ ਹੋਈ ਆ ਸਿਕਿਉਰਟੀ ਤੋਂ ਬਾਅਦ ਫੋਨ ਕਹਿੰਦੇ ਆ ਗੇਟ ਨੰਬਰ ਤੁਹਾਡੇ ਤੁਸੀਂ ਵੇਟ ਕਰੋ ਅਤੇ ਜਿਹੜੀ ਇਮੀਗ੍ਰੇਸ਼ਨ ਆ ਉਹ ਜਾ ਕੇ ਆਪਣੀ ਫਰੰਕਫੋਰਟ ਹੋਏਗੀ ਕਿਉਂਕਿ ਆਪਾਂ ਫਰੰਕਫੋਰਟ ਤੋਂ ਫਿਰ ਆਪਾਂ ਪਲਾਨ ਕਰਨਾ ਨਾ ਕਿਉਂਕਿ ਉੱਥੇ ਜਾ ਕੇ ਪਤਾ ਕਰਦੇ ਹਾਂ ਨਾਲੇ ਤੁਹਾਨੂੰ ਦੱਸਦਾ ਮੈਂ ਸਾਰਾ ਕੁਛ ਇਹ ਹੈ ਲੁਫਤਾਨਸਾ ਏਅਰਲਾਈਨ ਅਤੇ ਵੇਟ ਆ ਹੁਣ ਥੋੜ੍ਹੀ ਦਿਨ ਤੱਕ ਗੇਟ ਖੁੱਲ੍ਹ ਜਾਣਾ ਆ ਅਤੇ ਫਿਰ ਆਪਾਂ ਇਹਦੇ ਵਿੱਚ ਬਹਿ ਕੇ ਅਤੇ ਉੱਡ ਜਾਣਾ ਆ ਅਤੇ ਫਿਰ ਤੁਹਾਨੂੰ ਜਰਮਨ ਦੀ ਮੈਂ ਸੈਰ ਕਰਵਾਵਾਂਗਾ ਅਤੇ ਉੱਥੇ ਜਿਹੜਾ ਆਪਣਾ ਵੱਡਾ ਪਲੇਨ ਆ ਕਿਉਂਕਿ ਅਮੈਰੀਕਾ ਕੈਨੇਡਾ ਤੋਂ ਜਿੰਨੇ ਵੀ ਲੋਕ ਸਾਰੇ ਉੱਥੇ ਇਕੱਠੇ ਹੋਣੇ ਆ ਅਤੇ ਉਸ ਤੋਂ ਫਿਰ ਅੱਗੇ ਆਪਾਂ ਇੰਡੀਆ ਨੂੰ ਟਰੈਵਲ ਕਰਨਾ ਆ ਅਤੇ ਚੱਲਦੇ ਹਾਂ ਆਪਾਂ ਹੁਣ ਅੰਦਰ ਹਾਂ ਜੀ ਹੈਗੀ ਆਪਣੀ ਆਸਟਰੀਅਨ ਏਅਰਲਾਈਨ ਵਾਹ ਜੀ ਵਾਹ ਬਹੁਤ ਵੱਡਾ ਪਲੇਨ ਆ ਜਿਨ੍ਹਾਂ ਨੇ ਆਸਟਰੀਆ ਜਾਂ ਆਸਟਰੀਅਨ ਏਅਰਲਾਈਨ ਸਫ਼ਰ ਕਰਨਾ ਉਹ ਇੱਥੇ ਬੈਠੇ ਹੋਏ ਆ ਆਹ ਵੇਖੋ ਪਲੇਨ ਦਾ ਸਫ਼ਰ ਹੁੰਦਾ ਤਾਂ ਲਾਂਗ ਵੈਲੀ ਗਿਆ ਬਸ ਇੱਥੋਂ ਜਾਣਾ ਆਪਾਂ 1.5 ਘੰਟੇ ਦੀ ਫਲੈਟ ਆ ਅੱਗੋਂ 8 ਘੰਟੇ ਦੀ ਨਾ ਤਾਂ ਹੋ ਜਾਣੀ ਆ ਚਲੋ ਫਿਰ ਵੀ ਆਪਾਂ ਆਪਣਾ ਕੰਮ ਜਿਹੜਾ ਉਹ ਜਾਰੀ
require fuel arrangements for vacation now. ਆਪਾਂ ਆ ਗਏ ਅਤੇ ਹੁਣ ਆਪਾਂ ਵੀਡੀਓ ਤਾਂ ਕਰਦੇ ਹਾਂ ਐਂਡ ਅਤੇ ਕਰਾਨੀ ਇਮੀਗ੍ਰੇਸ਼ਨ ਚੱਲਦੇ ਹਾਂ ਘਰ ਨੂੰ ਅਤੇ ਪਲੀਜ਼ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਉਹਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਤਾਂ ਸੋਰੀ, ਵੀਡੀਓ ਥੋੜ੍ਹੀ ਜਿਹੀ ਹਲਦੀ ਸੀਗੀ ਕਿਉਂਕਿ ਗਿੰਬਲ ਮੈਂ ਜਿਹੜੀ ਉਹ ਨਹੀਂ ਲੈ ਕੇ ਆਇਆ, ਇਸ ਕਰਕੇ ਟੈਨਸ਼ਨ ਸੀਗੀ, ਸਟ੍ਰੈਸ ਸੀਗੀ। ਕਰੋਨੇ ਦੇ ਵਿੱਚ ਤੁਹਾਨੂੰ ਪਤਾ ਆ, ਬੈਗ ਵੀ ਖਿੱਚਣਾ ਫਿਰ ਵੀਡੀਓ ਬਣਾਉਣੀ, ਕਈਆਂ ਥਾਵਾਂ 'ਤੇ ਕੈਮਰੇ ਲਾਊਡ ਹੁੰਦੇ, ਕਈਆਂ 'ਤੇ ਨਹੀਂ, ਇਸ ਕਰਕੇ ਮਾਫ਼ੀ ਕਰਨਾ। ਅਤੇ ਮਿਲਦੇ ਹਾਂ ਕਿਸੇ ਅਗਲੇ ਵਲੋਗ ਦੇ ਵਿੱਚ। ਬਾਏ।